ਕੁਰਾਲੀ ਦੇ ਨੇੜਲੇ ਪਿੰਡ ਫਤਿਹਗੜ੍ਹ ਵਿਖੇ ਮੇਜਰ ਬਚਨ ਸਿੰਘ ਯਾਦਗਾਰੀ ਟਰੱਸਟ ਵੱਲੋਂ ਚੇਅਰਮੈਨ ਸੁਖਜਿੰਦਰ ਸਿੰਘ ਮਾਵੀ ਦੀ ਅਗਵਾਈ ਵਿੱਚ ਦੋ ਲੋੜਵੰਦ ਪਰਿਵਾਰਾਂ ਦੀ ਲੜਕੀ ਦੇ ਆਨੰਦ ਕਾਰਜ ਕਰਵਾਏ ਗਏ। ਲੜਕੀਆਂ ਨੂੰ ਵਰਤੋਂ ਦਾ ਸਨਮਾਨ ਵੀ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸੁਖਜਿੰਦਰ ਸਿੰਘ ਮਾਵੀ ਵੱਲੋਂ ਆਪਣੇ ਪਿਤਾ ਦੀ ਯਾਦ ਵਿੱਚ ਬਣਾਏ ਮੇਜਰ ਬਚਨ ਸਿੰਘ ਯਾਦਗਾਰੀ ਟਰੱਸਟ ਵੱਲੋਂ ਹਰੇਕ ਮਹੀਨੇ ਲੋੜਵੰਦ ਪਰਿਵਾਰ ਦੀ ਲੜਕੀ ਦਾ ਆਨੰਦ ਕਾਰਜ ਕੀਤਾ ਜਾਂਦਾ ਹੈ। ਦੱਸ ਦਈਏ ਕਿ ਇਸ ਦੇ ਨਾਲ ਹੀ ਗਰੀਬ ਪਰਿਵਾਰ ਦੀ ਲੜਕੀ ਨੂੰ ਜੁੜ ਦਾ ਸਨਮਾਨ ਵੀ ਦਿੱਤਾ ਜਾਂਦਾ ਹੈ। ਗਰੀਬ ਪਰਿਵਾਰ ਨਾਲ ਸੰਬੰਧਿਤ ਸਕੂਲੀ ਬੱਚਿਆਂ ਨੂੰ ਵਰਦੀਆਂ, ਬੂਟ, ਗਰਮ ਕੱਪੜੇ ਅਤੇ ਸਟੇਸ਼ਨਰੀ ਦਾ ਸਨਮਾਨ ਵੀ ਦਿੱਤਾ ਜਾਂਦਾ ਹੈ। ਇਸ ਮੌਕੇ ਤੇ ਦਵਿੰਦਰ ਸਿੰਘ ਮਾਵੀ ਤੇ ਦਵਿੰਦਰ ਸਿੰਘ ਮਾਵੀ ਦੇ ਸਮੇਤ ਹੋਰਨਾਂ ਵਿਅਕਤੀ ਵੀ ਇਸ ਮੌਕੇ ਤੇ ਮੌਜੂਦ ਸਨ। ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਇਹਨਾਂ ਬੱਚਿਆਂ ਦੇ ਜਿਹੜਾ ਸ਼ੁਭ ਆਨੰਦ ਕਾਰਜ ਉਹ ਇਸ ਜਗ੍ਹਾ ਤੇ ਲਿਖੇ ਸੀ ਕੁਦਰਤ ਵਾਲੇ ਨੇ ਆਸਾਰ ਬਣਾ ਤੇ, ਇਸ ਕਰਕੇ ਇਹਨਾਂ ਦੇ ਦੋਨਾਂ ਦੇ ਆਨੰਦ ਕਾਰਜ ਇਸ ਜਗ੍ਹਾ ਤੇ ਹੋ ਰਹੇ ਹਨ। ਮਾਵੀ ਸਾਹਿਬ, ਤੁਹਾਨੂੰ ਇਹੋ ਜਿਹਾ ਕਿਆ ਲੱਗਿਆ ਕਿ ਤੁਸੀਂ ਜਿਹੜਾ ਹੈ ਲੜਕੀਆਂ ਦੇ ਵਿਆਹ ਕਰਨ ਤੇ ਪ੍ਰੇਰਿਤ ਹੋ ਗਏ, ਹਰ ਮਹੀਨੇ ਇੱਕ ਦੋ ਲੜਕੀਆਂ ਦੇ ਵਿਆਹ ਕਰਦੇ ਹੋ ਜੀ? ਮੈਂ ਪਹਿਲਾਂ ਆਪਣੇ ਬੱਚਿਆਂ ਤੋਂ, ਮੇਰੇ ਦੋ ਬੇਟੀਆਂ ਨੇ, ਬੇਟੀਆਂ ਤੋਂ ਮੈਂ ਪੁੱਛਦਾ ਕਿ ਬੇਟੇ ਤੁਹਾਨੂੰ ਪੈਸੇ ਚਾਹੀਦੇ ਆ? ਉਹ ਕਹਿੰਦੀਆਂ ਨਹੀਂ ਚਾਹੀਦੇ। ਫਿਰ ਮੈਂ ਕਿਹਾ ਵੀ ਪੈਸੇ ਕੋਲ ਰੱਖ ਕੇ ਕੀ ਕਰਨਾ, ਬੈਂਕ ਭਰ ਕੇ ਕਦੋਂ, ਪਤਾ ਨਹੀਂ ਕਦੋਂ ਉੱਪਰ ਵਾਲੇ ਨੇ ਆਵਾਜ਼ ਮਾਰ ਲੈਣੀ। ਇਸ ਕਰਕੇ ਜਿੰਨਾ ਪੈਸਾ ਹੈ ਮੈਂ ਫਿਰ ਕੋਸ਼ਿਸ਼ ਕਰਦਾ ਉਸ ਲੜਕੀ ਦੇ ਜਿਹਦੇ ਘਰ ਕੋਈ ਕਮਾਉਣ ਵਾਲਾ ਨਹੀਂ ਉਸ ਦਾ ਵਿਆਹ ਕਰਨ ਦੀ ਕੋਸ਼ਿਸ਼ ਕਰਦਾ। ਪਰ ਜਦੋਂ ਕਈ ਵਾਰ ਮਜਬੂਰ ਦੋ ਵਿਆਹ ਵੀ ਆ ਜਾਂਦੇ ਨੇ ਤਾਂ ਉਹਨਾਂ 'ਤੇ ਇਹ ਪੈਸੇ ਲਾ ਦਿੰਦਾ। 31 ਤਰੀਕ ਨੂੰ ਮੈਂ ਵਿਹਲਾ ਹੋ ਜਾਂਦਾ ਤਾਂ ਅਗਲੇ ਮਹੀਨੇ ਫਿਰ ਜਿਹੜੇ ਪੈਸੇ ਆ ਜਾਂਦੇ ਉਹਦੇ ਨਾਲ ਅਗਲਾ ਵਿਆਹ ਕਰਦਾ। ਮਾਵੀ ਸਾਹਿਬ, ਹੁਣ ਤੱਕ ਕਿੰਨੇ ਕੁ ਵਿਆਹ ਕਰ ਚੁੱਕੇ ਹੋ ਜੀ ਤੁਸੀਂ? ਗਿਣਤੀ ਤਾਂ ਮੈਂ ਰੱਖੀ ਨਹੀਂ ਪਰ ਅੰਦਾਜ਼ਾ ਜਦੋਂ ਦਾ ਸ਼ੁਰੂ ਕੀਤਾ ਤਕਰੀਬਨ 100 ਦੇ ਨੇੜੇ ਤੇੜੇ ਪਹੁੰਚ ਗਏ ਹੋਣੇ ਨੇ। ਅਤੇ ਮਾਵੀ ਸਾਹਿਬ, ਹੋਰ ਜਿਹੜੀ ਸਮਾਜ ਸੇਵੀ ਸੰਸਥਾ ਹੈ ਪੰਜਾਬ ਦੇ ਵਿੱਚ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੀ? ਮੈਂ ਤਾਂ ਇਹੀ ਕਹਿਣਾ ਚਾਹੁੰਦਾ ਬਜਾਏ ਪੱਥਰਾਂ 'ਤੇ ਪੈਸਾ ਲਾਉਣ ਦੇ ਵੀ ਕਿਸੇ ਜਿਹੜੇ ਜਿੱਦਾਂ ਕਹਿੰਦੇ ਨੇ ਵੀ ਗਰੀਬ ਦਾ ਮੂੰਹ ਗੁਰੂ ਦੀ ਗੋਲਖ, ਵੀ ਜੇ ਕਿਸੇ ਗਰੀਬ ਬੱਚੇ ਦਾ ਵਿਆਹ ਸ਼ਾਦੀ ਅਸੀਂ ਕਰ ਲਈਏ ਜੇ ਪੈਸੇ ਇਕੱਠੇ ਕਰਕੇ ਹੀ ਕਰਨਾ ਉਹ ਤਾਂ ਗੱਲ ਅਲੱਗ ਹੈ, ਪਰ ਜੇ ਆਪਣੇ ਆਪ ਤੁਸੀਂ ਸਾਰੇ ਬਹੁਤ ਇੱਦਾਂ ਦੇ ਬੰਦੇ ਨੇ ਜਿਨ੍ਹਾਂ ਕੋਲ ਪੈਸੇ ਦਾ ਹਿਸਾਬ ਕੋਈ ਨਹੀਂ, ਪਰ ਜੇ ਇੱਦਾਂ ਗਰੀਬ ਬੱਚਿਆਂ ਦੇ ਵਿਆਹ ਕਰਨ ਲੱਗ ਜਾਣ ਤਾਂ ਮੈਂ ਕਹਿੰਦਾ ਵੀ ਸਾਡੀ ਲੁਕਾਈ ਦਾ ਬਹੁਤ ਵੱਡਾ ਭਲਾ ਹੋ ਸਕਦਾ। ਅਤੇ ਮਾਵੀ ਸਾਹਿਬ, ਜਿਹੜੇ ਕੁੱਖਾਂ 'ਚ ਮਾਰਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਲੜਕੇ? ਇਹੀ ਕਹਿਣਾ ਚਾਹੁੰਦਾ ਵੀ ਜਿਹੜੀ ਬੱਚੀ ਹੈ ਉਹ ਆਪਣੀ ਕਿਸਮਤ ਨਾਲ ਲੈ ਕੇ ਆਉਂਦੀ ਹੈ। ਮੇਰੇ ਦੋ ਬੇਟੀਆਂ ਨੇ, ਮੈਂ ਕਹਿੰਦਾ ਵੀ ਮੇਰੇ ਵਰਗਾ ਸੁਖੀ ਕੋਈ ਨਹੀਂ, ਆਪਣਾ ਤਾਂ ਕਰਦਾ ਹੀ ਕਰਦਾ, ਨਾਲ ਹੋਰ ਕਈ ਪਤਾ ਨਹੀਂ ਕਿਹਦਾ ਕਿਹਦਾ ਭਲਾ ਮੇਰੇ ਹੱਥੋਂ ਲਿਖਿਆ, ਪਤਾ ਨਹੀਂ ਤਾਂ ਪਿਛਲੇ ਜਨਮ ਦਾ ਉਹਨਾਂ ਦਾ ਕੋਈ ਮੇਰੇ 'ਤੇ ਬੋਝ ਚੜਿਆ ਹੋਇਆ ਸੀ ਜਿਹੜਾ ਮੈਂ ਇਸ ਜਨਮ 'ਚ ਉਤਾਰ ਰਿਹਾ, ਪਰ ਮੇਰੇ ਮਨ ਨੂੰ ਇਹਦੇ ਨਾਲ ਸਕੂਨ ਮਿਲਦਾ। ਫਤਿਹਗੜ੍ਹ ਦੇ ਵਿੱਚ ਤੁਹਾਡੀ ਲੜਕੀ ਦਾ ਉਰੇ ਵਿਆਹ ਕਰਿਆ ਹੈ, ਮਾਵੀ ਸਾਹਿਬ ਨੇ ਕੀ ਕਹਿਣਾ ਚਾਹੁੰਦੇ ਉਹਦੇ ਬਾਰੇ ਜੀ? ਉਹਦੇ ਬਾਰੇ ਅਸੀਂ ਕਹਿਣਾ ਚਾਹੁੰਦੇ ਬਹੁਤ ਵਧੀਆ ਕਰਿਆ ਜੀ, ਜੇ ਰੋਟੀ ਪਾਣੀ ਦਾ ਖਾਧ ਨਹੀਂ ਬਣੇ ਨਹੀਂ ਫਰੀ ਕਰਿਆ ਜੀ। ਇਹੋ ਜਿਹੇ ਸਮਾਜ ਵਿੱਚ ਹੋਣਾ ਚਾਹੀਦਾ ਕੁੜੀਆਂ ਨੂੰ ਭੁੱਖਾਂ ਵਿੱਚ ਮਾਰਨਾ ਨਹੀਂ ਚਾਹੀਦਾ। ਅੱਛਾ ਜੀ, ਅਤੇ ਕਿਆ ਤੁਹਾਤੇ ਉਰੇ ਕੋਈ ਖਰਚਾ ਲਿਆ ਗਿਆ ਜੀ? ਨਹੀਂ ਜੀ, ਕੋਈ ਖਰਚਾ ਨਹੀਂ ਲਿਆ ਗਿਆ ਜੀ। ਕੀ ਅਰੇਂਜਮੈਂਟ ਕੀਤਾ ਗਿਆ ਇਹਨਾਂ ਦਾ ਵਿਆਹ 'ਚ ਕੀ ਉਰੇ? ਹਾਂਜੀ, ਚਾਹ ਪਾਣੀ ਦੀ, ਰੋਟੀ ਪਾਣੀ ਦਾ ਜੀ। ਇਹੋ ਜਿਹੇ ਸਮਾਜ ਸੇਵੀ ਕੰਮ ਨੂੰ ਦੇਖਦੇ ਹੋਏ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ? ਕਹਿੰਦੇ ਵੀ ਹੋਰ ਵੀ ਬਹੁਤ ਵਧੀਆ ਕੰਮ ਲੱਗਦਾ ਦੇਖ ਕੇ ਜੀ। ਕੁਰਾਲੀ ਤੋਂ ਡੈਵਿਡ ਵਰਮਾ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।